ਸਿੱਖ ਕੌਮ ਆਪਣੀ ਬਹਾਦਰੀ ਨੂੰ ਲੈ ਕੇ ਸਾਰੀ ਦੁਨੀਆਂ ਵਿੱਚ ਜਾਣੀ ਜਾਂਦੀ ਹੈ। ਇਸ ਦੀ ਮਿਸਾਲ ਇੱਕ ਵਾਰ ਫਿਰ ਤੋਂ ਇੱਕ ਸਿੱਖ ਫੌਜ ਅਫਸਰ ਨੇ ਸਾਰੀ ਦੁਨੀਆਂ ਨੂੰ ਦਿੱਤੀ ਹੈ। ਇੱਕ ਵੱਡੇ ਰੈਂਕ ਦੀ ਫੀਮੇਲ ਅਫਸਰ ਜਿਸ ਨੂੰ ਇਸ ਹੱਦ ਤੱਕ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਲੜਕੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੰਦੀ ਹੈ। ਵੱਡੇ ਪੱਧਰ 'ਤੇ ਤਾਇਨਾਤ ਲੜਕੀ ਅਸਤੀਫਾ ਉਸ ਵਕਤ ਦਿੰਦੀ ਹੈ ਜਦੋਂ ਕਿ ਉਸਨੂੰ ਆਪਣੇ ਹੀ ਅਦਾਰੇ ਦੇ ਉੱਚ ਅਧਿਕਾਰੀਆਂ ਸਮੇਤ ਹਰ ਇੱਕ ਅਫਸਰ ਤੋਂ ਨਿਰਾਸ਼ਾ ਹੱਥ ਲੱਗਦੀ ਹੈ। ਉਸ ਲੜਕੀ ਨਾਲ ਨੀਚ ਹਰਕਤ ਕਰਨ ਵਾਲੇ ਨੂੰ ਸਜ਼ਾ ਤੱਕ ਹੀ ਮਿਲਣੀ ਹੈ, ਬਲਕਿ ਉਸ ਲੜਕੀ ਦੀ ਢੰਗ ਨਾਲ ਸ਼ਿਕਾਇਤ ਤੱਕ ਵੀ ਨਹੀਂ ਸੁਣੀ ਜਾਂਦੀ। ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਕਰੁਣਾਜੀਤ ਕੌਰ ਦੀ। ਕਰੁਣਾਜੀਤ ਕੌਰ ਇੰਡੋ ਤਿੱਬਤ ਬਾਰਡਰ ਪੁਲਿਸ ਵਿੱਚ ਉੱਚ ਪੱਧਰੀ ਪਦਵੀ 'ਤੇ ਤੈਨਾਤ ਹੁੰਦੀ ਹੈ, ਜਿਸ ਦੀ ਡਿਊਟੀ ਇੱਕ ਮਹੀਨੇ ਲਈ ਉੱਤਰਾਖੰਡ ਦੇ ਕੋਚਰ ਇਲਾਕੇ ਵਿੱਚ ਕੀਤੀ ਜਾਂਦੀ ਹੈ, ਜਿੱਥੇ ਨਾ ਕੋਈ ਫੋਨ ਦੀ ਸਹੂਲਤ ਹੁੰਦੀ ਹੈ ਅਤੇ ਨਾ ਹੀ ਕਿਸੇ ਹੋਰ ਸੁਵਿਧਾ ਦੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਰੁਣਾਜੀਤ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਮ, ਤੁਸੀਂ ਰਿਜ਼ਾਈਨ ਦਿੱਤਾ ਐਚਟੀਬੀਪੀ ਦੇ ਵਿੱਚੋਂ ਅਫਸਰ ਦੇ ਰੈਂਕ ਤੋਂ, ਕੀ ਕਾਰਨ ਹੋਇਆ ਕਿ ਤੁਹਾਨੂੰ ਅਸਤੀਫਾ ਦੇਣਾ ਪਿਆ? ਤੁਹਾਨੂੰ ਲੱਗਦਾ ਕਿ ਇਨਸਾਫ ਹੁਣ ਮਿਲ ਜਾਏਗਾ? ਉਹਦੇ ਪਿੱਛੇ ਕਾਰਨ ਸੀਗੇ ਜੀ, ਜਿਹੜੀ ਮੇਰੀ ਬੀਂਗ ਅ ਲੇਡੀ ਮੈਂਟਲ ਹਰਾਸਮੈਂਟ ਹੋਈ ਹੈ ਔਰ ਮੇਰੀ ਸੈਕਸੁਅਲ ਹਰਾਸਮੈਂਟ ਹੋਈ ਹੈ, ਔਰ ਜਿੱਥੇ ਤੱਕ ਜਸਟਿਸ ਦੀ ਗੱਲ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਜਿਹੜਾ ਜਸਟਿਸ ਹੈ ਜ਼ਰੂਰ ਮਿਲੇਗਾ। ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਮੁਲਕ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਵਿੱਚ ਅਤੇ ਆਪਣੀ ਭਾਰਤ ਸਰਕਾਰ ਦੇ। ਉਹ ਕੀ ਘਟਨਾ ਜਿਹਨੇ ਤੁਹਾਨੂੰ ਬੇਹੱਦ ਪਰੇਸ਼ਾਨ ਕੀਤਾ, ਤੁਹਾਨੂੰ ਅਸਤੀਫਾ ਦੇਣਾ? ਕਹਾਣੀ ਲੰਬੀ ਹੈ ਜੀ, ਮੈਂ ਲੀਗਲ ਐਡਵਾਈਜ਼ਰ ਸੀਗੀ ਔਰ ਇੱਥੇ ਦੇ ਜਿਹੜੇ ਕਈ ਅਧਿਕਾਰੀ ਹੈ ਉਹ ਇਲੀਗਲ ਕੰਮ ਕਰਦੇ ਸੀਗੇ ਅਤੇ ਮੇਰੇ ਕੋਲ ਫਾਈਲਾਂ ਆਉਂਦੀਆਂ ਸੀ ਅਤੇ ਉਹ ਤੋਂ ਜਦ ਮੈਂ ਕਾਨੂੰਨ ਲਿਖਦੀ ਸੀ ਆਪਣੀ ਲੀਗਲ ਓਪੀਨੀਅਨਸ ਦਿੰਦੀ ਸੀ, ਉਹਨਾਂ ਨੂੰ ਪਸੰਦ ਨਹੀਂ ਸੀ ਆਉਂਦੇ ਔਰ ਹਮੇਸ਼ਾ ਮੈਨੂੰ ਡਰਾਇਆ ਧਮਕਾਇਆ ਜਾਂਦਾ ਸੀਗਾ ਔਰ ਮੈਨੂੰ ਸਰੇਆਮ ਇਹ ਵੀ ਕਿਹਾ ਗਿਆ ਸੀ ਕਿ ਤੈਨੂੰ ਅਸੀਂ ਸਿੱਧਾ ਕਰਾਂਗੇ ਔਰ ਇਸਟੈਬਲਿਸ਼ਮੈਂਟ ਜਦ ਬੰਦੇ ਦੇ ਖਿਲਾਫ ਹੁੰਦੀ ਹੈ ਤਾਂ ਉਹਦਾ ਜਿਉਣਾ ਮੁਸ਼ਕਿਲ ਹੋ ਜਾਂਦਾ ਔਰ ਜਿੱਦਣ ਮੇਰੇ ਉੱਤੇ ਫਿਰ ਸੈਕਸੁਅਲ ਅਸੌਲਟ ਹੋਇਆ, ਇੱਕ ਜਵਾਨ ਅੱਧੀ ਰਾਤ ਨੂੰ ਬਾਰਡਰ 'ਤੇ ਮੈਨੂੰ ਭੇਜਿਆ ਗਿਆ ਅਤੇ ਮੇਰੇ ਕਮਰੇ ਵਿੱਚ ਆ ਜਾਂਦਾ ਵਿਦ ਇਨ 10 to 2 ਰੇਪ, ਉਦਣ ਮੈਨੂੰ ਇਹ ਸ਼ਬਦ ਮੇਰੇ ਕੰਨਾਂ 'ਚ ਗੂੰਜ ਰਹੇ ਸੀ ਜਿਹੜੇ ਮੈਨੂੰ ਕਹੇ ਗਏ ਸੀ। ਇਸੇ ਦੇ ਚੱਲਦੇ ਮੈਂ ਅਸਤੀਫਾ ਦਿੱਤਾ ਹੈ ਕਿ ਮੈਂ ਲੋਕਾਂ ਨੂੰ ਬਾਹਰ ਆ ਕੇ ਐਕਸਪੋਜ਼ ਕਰ ਸਕਾਂ, ਕਿਉਂਕਿ ਔਰਗੇਨਾਈਜੇਸ਼ਨ ਦੇ ਵਿੱਚ ਰਹਿੰਦੇ ਹੋਏ ਆਰਮ ਫੋਰਸ ਹੈ, ITBP ਯੂਨੀਅਨ ਆਫ ਇੰਡੀਆ ਦੀ, ਉਹਨਾਂ ਦੀ ਇੱਕ ਪਰਟੀਕੁਲਰ ਐਕਟ ਹੈ, ਤੁਹਾਡੇ ਕੋਲ ਇੰਨੀ ਆਜ਼ਾਦੀ ਨਹੀਂ ਹੁੰਦੀ ਕਿ ਤੁਸੀਂ ਆਪਣੀ ਗੱਲ ਜਿਹੜੀ ਹੈਗੀ ਆ ਖੁੱਲ੍ਹ ਕੇ ਕਹਿ ਸਕੋ। ਜੇ ਤੁਸੀਂ ਸਰਕਾਰ ਦੇ ਕੋਲ ਜਾਣਾ ਵੀ ਹੈ ਤਾਂ ਥਰੂ ਪ੍ਰੋਪਰ ਚੈਨਲ ਜਾਣਾ ਪੈਂਦਾ ਹੈ, ਮਤਲਬ ਇਹਨਾਂ ਦੇ ਥਰੂ ਮੈਨੂੰ ਜਾਣਾ ਪੈਣਾ ਸੀ ਅਥਾਰਟੀਜ਼ ਦੇ, ਜਾਂ ਤਾਂ ਇਹਨਾਂ ਨੇ ਮੇਰਾ ਕਾਗਜ਼ ਕਦੀ ਸਰਕਾਰ ਤੱਕ ਪਹੁੰਚਣ ਨਹੀਂ ਸੀ ਦੇਣਾ, ਔਰ ਜੇ ਸਰਕਾਰ ਤੱਕ ਪਹੁੰਚਦਾ ਤਾਂ ਇਹਨਾਂ ਨੂੰ ਪਤਾ ਚੱਲਣਾ ਸੀਗਾ ਕਿ ਮੈਂ ਇਹਨਾਂ ਦੇ ਅਗੇਂਸਟ ਜਾ ਰਹੀ ਹਾਂ ਅਤੇ ਮੇਰਾ ਜਿਹੜੀ ਖਤਰਾ ਸੀ ਮੇਰੇ ਲਈ ਉਸ ਵਿੱਚ। ਅਸਤੀਫਾ ਤੁਹਾਡਾ ਮਨਜ਼ੂਰ ਹੋ ਗਿਆ ਅਤੇ ਅਸਤੀਫਾ ਦਿੱਤਾ ਕਦੋਂ? ਅਸਤੀਫਾ ਜੀ, ਮੈਂ ਜਿਹੜਾ ਐਕਚੁਲੀ ਜਦੋਂ ਇਹਨਾਂ ਨੇ ਮੈਨੂੰ ਹਰਾਸ ਕਰਨਾ ਸ਼ੁਰੂ ਕੀਤਾ ਸੀ ਮੈਂਟਲੀ, ਮੈਨੂੰ ਪਹਿਲੀ ਵਾਰ ਮੈਂ ਇਹਨਾਂ ਨੂੰ 1.5 ਸਾਲ ਪਹਿਲੇ ਮੈਨੂੰ ਪਤਾ ਚੱਲ ਰਿਹਾ ਸੀਗਾ ਕਿ ਲੀਗਲ ਅਫਸਰਾਂ ਨੂੰ ਬਾਰਡਰ 'ਤੇ ਭੇਜੂਗੇ ਅਤੇ ਮੈਂ ਉਦੋਂ ਦਰਖਾਸਤ ਕੀਤੀ ਸੀ ਕਿ ਮੈਂ ਇਕੱਲੀ ਆਪਣੇ ਬੱਚੇ ਨੂੰ ਲੈ ਕੇ ਰਹਿੰਦੀ ਹਾਂ, ਮੇਰੀ ਬੇਟੀ ਹੈ ਛੋਟੀ 6 ਸਾਲ ਦੀ, ਮੇਰੀ ਵਿਜ਼ਿਟ ਇਸ ਹਿਸਾਬ ਨਾਲ ਲਗਾਈ ਜਾਏਗੀ ਮੇਰੇ ਬੱਚੇ ਦੀ ਛੁੱਟੀਆਂ ਹੋਣ ਸਕੂਲ ਦੀਆਂ। ਪਰ ਇਹਨਾਂ ਨੇ ਜਦੋਂ ਮੈਨੂੰ ਡਰਾਇਆ ਧਮਕਾਇਆ ਜੀ ਜਨਵਰੀ 'ਚ, ਉਹ ਤੋਂ ਬਾਅਦ ਹੀ ਮੈਨੂੰ ਹਰਾਸਮੈਂਟ ਦੇ ਚੱਲਦੇ ਹੀ ਹੋਰ ਹਰਾਸ ਕਰਨ ਦੇ ਵੀ ਆਰਡਰਸ ਕੱਢਦੇ ਕਿ ਮੈਂ 8 ਮਾਰਚ ਨੂੰ ਹੀ ਬਾਰਡਰ 'ਤੇ ਜਾਵਾਂ। ਉਦੋਂ ਉੱਥੇ ਬਰਫ਼ਬਾਰੀ ਹੁੰਦੀ ਹੈ, ਮੈਂ ਬੱਚੇ ਨੂੰ ਛੱਡ ਕੇ ਨਹੀਂ ਜਾ ਸਕਦੀ, ਕੋਈ ਫੈਮਿਲੀ 'ਚ ਉਹਨੂੰ ਦੇਖਣ ਵਾਲਾ ਨਹੀਂ ਸੀਗਾ ਅਤੇ ਮੈਂ ਆਪਣੇ ਸੁਪੀਰੀਅਰ ਅਥੋਰਿਟੀ ਨੂੰ ਦਰਖਾਸਤ ਕੀਤੀ ਸੀ ਕਿ ਮੇਰਾ ਰੈਫਰ ਕਰਾ ਦਿਓ ਅਤੇ ਜਦੋਂ ਮੈਂ ਉਹਨਾਂ ਨੂੰ ਇਹ ਰਿਕੁਐਸਟ ਕੀਤਾ ਸੀ ਤਾਂ ਉਹਨਾਂ ਨੇ ਮੈਨੂੰ ਅੱਗੋਂ ਇਹ ਕਿਹਾ ਸੀ ਕਿ ਜਿਹੜੇ ਤੇਰੇ ਇਮੀਡੀਏਟ ਲੀਗਲ ਅਫਸਰ ਹੈਗੇ ਡਿਪਟੀ ਇੰਸਪੈਕਟਰ ਜਨਰਲ ਜਿਹੜੇ ਦਿੱਲੀ 'ਚ ਬੈਠਦੇ ਹੈ, ਮੈਂ ਤਾਂ ਤੇਰਾ ਅੱਗੇ ਕਰਾ ਦੂੰਗਾ ਪਰ ਉਹ ਤੇਰੇ ਬਹੁਤ ਖਿਲਾਫ਼ ਹੈਗੇ ਆ, ਉਹ ਤੇਰਾ ਪਤਾ ਨਹੀਂ ਕੀ ਬਣਾ ਦਊਗੇ। ਅਤੇ ਜਦੋਂ ਮੈਂ ਇੱਕ ਇੰਸਪੈਕਟਰ ਜਨਰਲ ਦੇ ਮੂੰਹੋਂ ਇਹ ਗੱਲ ਸੁਣੀ ਆਪਣੇ ਬਾਰੇ ਅਤੇ ਮੈਂ ਆਪਣੇ ਕਮਰੇ 'ਚ ਜਾ ਕੇ ਆਪਣਾ ਅਸਤੀਫਾ ਟਾਈਪ ਕੀਤਾ ਅਤੇ ਉਹਨਾਂ ਦੇ ਟੇਬਲ 'ਤੇ ਰੱਖਤਾ ਸੀ, ਇਹ ਮਾਰਚ ਦੀ ਗੱਲ ਹੈ, ਔਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਠੀਕ ਹੈ ਮੈਨੂੰ ਆਰਡਰਸ ਮਿਲੇ, ਆਈ ਹੈਵ ਨੋ ਚੋਇਸ, ਆਈ ਪ੍ਰੋਸੀਡ ਟੂ ਦੀ ਬਾਰਡਰਸ, ਪਰ ਇਹ ਜਿਹੜਾ ਮੇਰਾ ਅਸਤੀਫਾ ਹੈਗਾ ਇਹਨੂੰ ਫੋਰਵਰਡ ਕਰ ਦਿੱਤਾ ਜਾਵੇ। ਅਤੇ ਫਿਰ ਅਗਲੇ ਦਿਨ ਉਹਨਾਂ ਨੇ ਮੈਨੂੰ ਬੁਲਾਇਆ ਔਰ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਅਸਤੀਫਾ ਪੋਸਟਪੋਨ ਕਰ ਦੇ ਜਿਹੜੇ ਤੇਰੇ ਗ੍ਰੀਵੈਂਸਿਸ ਹੈਗੇ, ਕਿਉਂਕਿ ਮੈਂ ਟਾਈਮ ਟੂ ਟਾਈਮ ਆਪਣੇ ਇੰਸਪੈਕਟਰ ਜਨਰਲ ਨੂੰ ਦੱਸਦੀ ਰਹਿੰਦੀ ਸੀ ਕਿ ਮੈਨੂੰ ਮੈਂਟਲੀ ਹਰਾਸ ਕਰ ਰਿਹਾ ਜਿਹੜੇ ਲੀਗਲ ਬ੍ਰਾਂਚ ਵਾਲੇ ਹੈਗੇ ਦਿੱਲੀ ਦੇ ਵਿੱਚ, ਅਤੇ ਮੈਨੂੰ ਮੇਰੇ ਆਈ ਜੀ ਸਾਹਿਬ ਨੇ ਆਸ਼ਵਾਸਨ ਦਵਾਇਆ ਕਿ ਜਿਹੜੀਆਂ ਤੇਰੀਆਂ ਪ੍ਰੋਬਲਮਸ ਹੈਗੀਆਂ ਮੈਂ ਉਹ ਦਿੱਲੀ ਦੇ ਵਿੱਚ ਡਿਸਕਸ ਕਰੂੰਗਾ, ਔਰ ਉਸ ਤੋਂ ਬਾਅਦ ਇਹ ਹੋਇਆ ਕਿ ਮੇਰਾ ਇਹਨਾਂ ਨੇ ਜਾਣਾ ਡੈਫਰ ਕਰਾਤਾ ਅਤੇ ਫਿਰ ਮੈਨੂੰ 20 ਮਈ ਨੂੰ ਜਾਣਾ ਪਿਆ। ਪਰ ਜਦ ਮੈਨੂੰ ਜਾਣਾ ਵੀ ਪਿਆ ਉੱਥੇ ਮੇਰੇ ਨਾਲ ਜੋ ਜੋ ਹੋਈ ਹੈ, ਜਾਂਦਿਆਂ ਨੂੰ ਜਦ ਮੈਂ ਬਟਾਲੀਅਨ ਹੈੱਡਕੁਆਟਰ ਪਹੁੰਚੀ ਹਾਂ, ਬਟਾਲੀਅਨ ਹੈੱਡਕੁਆਟਰ ਪਿੱਛੇ ਹੁੰਦਾ ਜੀ ਬਾਰਡਰ ਤੋਂ, ਕਾਫੀ ਪਿੱਛੇ ਹੁੰਦਾ, ਇਨ ਦਿਸ ਕੇਸ ਇਹ ਗੌਚਰ ਦੇ ਵਿੱਚ ਸੀਗਾ ਅਤੇ ਉਹ ਜਿੱਥੇ ਨੀਤੀ ਵੈਲੀ ਦਾ ਐਕਸਿਸ ਹੈਗਾ ਉੱਧਰ ਸੀਗੀ ਇਹ ਮਲਾਰੀ ਜਿਹੜੀ ਜਗ੍ਹਾ ਹੈ। ਕਿਹੜਾ ਏਰੀਆ, ਕਿਹੜਾ ਸਟੇਟ ਪਾਉਂਦਾ? ਉੱਤਰਾਖੰਡ ਪਾਉਂਦਾ ਜੀ। ਹਾਂਜੀ, ਅਤੇ ਜਦ ਮੈਂ ਉੱਥੇ ਪਹੁੰਚੀ ਹੈ ਤਾਂ ਮੈਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਪਤਾ ਸੀ ਕਿ ਲੇਡੀ ਆਫਿਸਰ 1 ਮਹੀਨੇ ਦੀ ਅਟੈਚਮੈਂਟ 'ਤੇ ਆ ਰਹੀ ਹੈ ਅਤੇ ਉੱਥੇ ਦੇ ਕਮਾਂਡਿੰਗ ਅਫਸਰ ਮੈਨੂੰ ਜਾਂਦੇ ਹੀ ਕਹਿੰਦੇ 12 ਘੰਟੇ ਮੈਂ ਗੱਡੀ ਚਲਾ ਕੇ ਗਈ ਹੈ ਕਿ ਸਾਡੇ ਕੋਲ ਤਾਂ ਕਮਰਾ ਹੈ ਨਹੀਂ ਤੁਹਾਡੇ ਕੋਲ, ਅਤੇ ਮੈਨੂੰ ਇੱਦਾਂ ਹੀ ਕੋਈ ਟੁੱਟਾ ਫੁੱਟਾ ਜਿਹਾ ਇੱਕ ਰੂਮ ਦਿੱਤਾ ਗਿਆ ਜੀ। ਫਿਰ ਮੈਨੂੰ ਇੱਕ ਲੇਡੀ ਅਫਸਰ ਦੇ ਨਾਲ ਬਾਰਡਰ 'ਤੇ ਭੇਜਿਆ ਗਿਆ ਔਰ ਬਾਰਡਰ 'ਤੇ ਸਾਡੇ ਉੱਤੇ ਸੈਕਸੁਅਲ ਅਸੌਲਟ ਹੋਇਆ, ਮੁੰਡਾ ਸਾਡੇ ਕਮਰੇ ਦੇ
ਪਰ ਕਿਸੇ ਨੇ ਕੁਛ ਨਹੀਂ ਕੀਤਾ ਜੀ। ਮੈਂ ਡੀਜੀ ਤੱਕ ਨੂੰ ਮਿਲ ਕੇ ਆਈ ਹਾਂ, ਚਿੱਠੀਆਂ ਲਿਖੀਆਂ ਆ, ਕਿਸੇ ਦੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਨਾ ਉਸ ਕਮਾਂਡਿੰਗ ਅਫਸਰ ਦੇ ਖਿਲਾਫ ਜਿਹਨੇ ਐਵੀਡੈਂਸ ਟੈਂਪਰ ਕੀਤੀ ਸੀ ਕਿਉਂਕਿ ਇਹ ਅਫੈਂਸ ਆਈ ਪੀ ਸੀ ਦੇ ਅਧੀਨ ਐਵੀਡੈਂਸ ਨੂੰ ਆਲਟਰ ਕਰਨਾ, ਅਤੇ ਨਾ ਹੀ ਉਸ ਮੁੰਡੇ ਦੇ ਖਿਲਾਫ ਜਿਹਨੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਦੋ ਸੀਨੀਅਰ ਅਫਸਰਾਂ ਦੇ ਉੱਤੇ, ਅਤੇ ਬਾਹਰ ਵੀ ਜਿਹੜੀ ਮੈਂ ਐਫ ਆਈ ਆਰ ਕਰਵਾਈ ਸੀ ਜੀ ਉਹ ਮੁੰਡੇ ਦੇ ਅਗੇਂਸਟ, ਉਹ ਆਪ ਹੀ ਕਰਾਈ ਸੀ। ਅਤੇ ਐਵੇਂ ਦੀਆਂ ਘਟਨਾਵਾਂ ਹੋਰ ਲੜਕੀਆਂ ਨਾਲ ਵੀ ਵਾਪਰੀਆਂ ਨੇ ਅਤੇ ਤੁਹਾਡਾ ਕੇਸ? ਨਹੀਂ, ਬਹੁਤ ਹੁੰਦੀਆਂ ਜੀ, ਕੁਛ ਰਿਪੋਰਟ ਹੋ ਜਾਂਦੀ ਹੈ, ਕੁਛ ਨਹੀਂ ਹੁੰਦੀਆਂ, ਬਹੁਤ ਜ਼ਿਆਦਾ ਹੈ, ਤੁਸੀਂ ਸੋਚ ਵੀ ਨਹੀਂ ਸਕਦੇ। ਸਰਕਾਰ ਇੱਕ ਡਿਸਕ੍ਰੀਟ ਇਨਕੁਆਇਰੀ ਕਰਾ ਰਹੀ ਤਾਂ ਬਹੁਤ ਕੁਛ ਨਿਕਲ ਕੇ ਸਾਹਮਣੇ ਆਇਆ। ਇਸਤੀਫਾ ਮਨਜ਼ੂਰ ਹੋ ਗਿਆ ਤੁਹਾਡਾ? ਮਨਜ਼ੂਰ ਹੋ ਗਿਆ ਜੀ, 17 ਅਕਤੂਬਰ ਨੂੰ ਮੈਂ ਰਿਲੀਜ਼ ਹੋ ਗਈ। ਅਤੇ ਤੁਹਾਡਾ ਸ਼ੁਭ ਨਾਮ ਕੀ ਅਤੇ ਅਹੁਦਾ ਕੀ ਸੀ ਆਈਟੀਬੀ ਦੇ ਵਿੱਚ? ਮੇਰਾ ਨਾਮ ਜੀ ਕਰੁਣਾਜੀਤ ਕੌਰ ਹੈ ਔਰ ਮੈਂ ਉੱਥੇ ਡਿਪਟੀ ਕਮਾਂਡੈਂਟ ਕੰਮ ਕਰ ਰਹੀ ਸੀ ਔਰ ਮੇਰਾ ਡੈਜ਼ੀਗਨੇਸ਼ਨ ਡਿਪਟੀ ਜੱਜ ਅਟਾਰਨੀ ਜਨਰਲ ਸੀ। ਕਿੱਥੇ ਤਾਂ ਭਾਰਤ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਨਸੀਹਤ ਦੇ ਰਹੀ ਹੈ, ਪਰ ਇਸੇ ਸਰਕਾਰ ਦੇ ਕਿਸੇ ਅਦਾਰੇ ਵਿੱਚ ਔਰਤਾਂ ਨਾਲ ਨੀਚ ਹਰਕਤਾਂ ਕੀਤੀਆਂ ਜਾਂਦੀਆਂ ਹਨ। ਕਰੁਣਾਜੀਤ ਦੀ ਇਸ ਬਹਾਦਰੀ ਨੇ ਆਈਟੀਬੀਪੀ ਦੀ ਸੋਹਣੀ ਵਰਦੀ ਦੇ ਪਿੱਛੇ ਲੁਕੇ ਕਾਲੇ ਸੱਚ ਨੂੰ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ ਹੈ। ਚੰਡੀਗੜ੍ਹ ਤੋਂ ਜਤਿੰਦਰ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।